ਸਾਰਾ ਪਤਾ ਲੱਗਿਆ ਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ MLA ਸਾਹਿਬਾਨ ਉਹ ਪਰਿਵਾਰ ਜਿਨ੍ਹਾਂ ਦੇ ਵੱਡੇ ਕਰਜ਼ੇ ਹੋਣ ਕਰਕੇ ਉਹਨਾਂ ਪਰਿਵਾਰਾਂ ਦੇ ਮੈਂਬਰ ਖੁਦਕੁਸ਼ੀਆਂ ਕਰ ਗਏ ਹਨ, ਉਹ ਸਿਰਫ ਫਾਈਨੈਂਸ ਮਿਨਿਸਟਰ ਨੂੰ ਮਿਲਣਾ ਚਾਹੁੰਦੇ ਸਨ ਔਰ ਇਹ ਅਰਜ਼ ਕਰਨਾ ਚਾਹੁੰਦੇ ਸਨ ਕਿ ਤੁਸੀਂ ਵਾਅਦਾ ਵੀ ਕੀਤਾ ਸੀ ਕਿ ਅਸੀਂ 10 ਲੱਖ ਰੁਪਇਆ ਦੇਵਾਂਗੇ, ਨੌਕਰੀ ਦੇਵਾਂਗੇ, ਕਾਈਂਡਲੀ ਆ ਤੁਸੀਂ ਬਜਟ ਪੇਸ਼ ਕਰਨਾ ਹੈ, ਇਹਦੇ ਤੁਸੀਂ ਦਰਜ ਕਰ ਲਓ। ਗੌਰਮੈਂਟ ਕੋਈ ਮਿਨਿਸਟਰ ਹੋਵੇ, ਚੀਫ ਮਿਨਿਸਟਰ ਹੋਵੇ, ਪ੍ਰਾਈਮ ਮਿਨਿਸਟਰ ਹੋਵੇ, ਜੇ ਪਬਲਿਕ ਕੋਈ ਕਿਹੜਾ ਮਿਲਣਾ ਚਾਹੁੰਦੀ ਹੈ ਤਾਂ ਮਿਲਣਾ ਚਾਹੀਦਾ, ਲੇਕਿਨ ਮਿਲਣੇ ਤੋਂ ਇਲਾਵਾ ਮਿਲਣਾ ਤਾਂ ਕੀ ਸੀ, ਡਾਂਗਾ ਮਾਰ ਮਾਰ ਕੇ ਉਹਨਾਂ ਨਾਲ ਤਸ਼ੱਦਦ ਕੀਤਾ ਜਿਹੜਾ ਕਿ ਮੇਰੇ ਖਿਲਾਫ ਮਿਸਾਲ ਹੀ ਨਹੀਂ ਮਿਲਦੀ। ਇਸ ਦਾ ਮੈਨੂੰ ਬੜਾ ਦੁੱਖ ਹੈ, ਬਹੁਤ ਹੀ ਅਫਸੋਸ। ਠੀਕ ਹੈ, ਵੱਖਰਾ ਰੱਖਿਆ ਗਿਆ, ਨਹੀਂ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਹੁਣੇ ਆਇਆ, ਪਰਿਵਾਰਾਂ ਨੂੰ ਮਿਲਣਾ, MLA ਦਾ ਇਹਨਾਂ ਦਾ ਕੋਈ ਗੱਲ ਨਹੀਂ, ਇਹਨਾਂ ਦਾ ਫਰਜ਼ ਹੀ ਬਣਦਾ, ਇਹਨਾਂ ਦੀ ਡਿਊਟੀ ਹੈ, ਇਹਨਾਂ ਨੂੰ ਭਾਵੇਂ ਕਿਤੇ ਦੇਸ਼ ਬਾਹਰ ਭੇਜ ਦੇਣ ਤਾਂ ਵੀ ਸਾਨੂੰ ਕੋਈ ਕਿਲਾ ਨਹੀਂ, ਪਰਿਵਾਰਾਂ ਨੂੰ ਮਿਲਣਾ। ਆਈਨਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿਸਾਨਾਂ ਵੱਲੋਂ, ਅਕਾਲੀ ਦਲ ਵੱਲੋਂ, ਤੁਹਾਨੂੰ ਲੱਗਦਾ ਇਸ ਦਾ ਕੋਈ ਫਾਇਦਾ ਹੋਏਗਾ? ਦੇਖੋ ਗੱਲ ਹੈ ਕਿ ਤੁਸੀਂ ਇੰਨੀ ਪ੍ਰੈਸ ਖੜੇ ਹੋ, ਪ੍ਰੈਸ ਦੀ ਤਾਕਤ ਬਹੁਤ ਵੱਡੀ ਹੈ, ਸਭ ਤੋਂ ਵੱਡੀ ਤਾਕਤ ਪ੍ਰੈਸ ਦੀ ਹੈ। ਜਾਂ ਤਾਂ ਇਹ ਦੱਸੋ ਵੀ ਇਹ ਕੋਈ ਮੰਗ ਜਿਹੜੀ ਹੈ ਕਿ ਇਹਨਾਂ ਦੀ ਕਮਿਟਮੈਂਟ ਨਹੀਂ ਸੀ, ਕਮਿਟਮੈਂਟ ਵੀ ਸੀ ਅਤੇ ਗੱਲ ਵੀ ਜਾਇਜ਼ ਹੈ ਕਿ ਕਰਜ਼ੇ ਨਾਲ ਜਿਹੜੇ ਕੋਈ ਇਹ ਖੁਦਕੁਸ਼ੀ ਉਹ ਬੰਦਾ ਕਰਦਾ ਹੈ ਜਿਹਨੂੰ ਚਾਰੇ ਪਾਸੇ ਹਨੇਰਾ ਹੀ ਹਨੇਰਾ ਹੁੰਦਾ, ਕੋਈ ਉਹਨੂੰ ਆਪਣੀ ਜ਼ਿੰਦਗੀ 'ਚ ਫਿਊਚਰ ਨਹੀਂ ਦਿਸਦਾ, ਇਸ ਕਰਕੇ ਉਹ ਖੁਦਕੁਸ਼ੀ ਕਰਦਾ ਹੈ। ਜੇ ਖੁਦਕੁਸ਼ੀ ਕਰੀ ਹੈ ਤਾਂ ਉਹਦਾ ਕਰਜ਼ਾ ਵੀ ਮਾਫ਼ ਕਰਨਾ ਚਾਹੀਦਾ ਹੈ ਔਰ ਉਹਦਾ ਨਾਲ ਨੌਕਰੀ ਵੀ ਦੇਣੀ ਚਾਹੀਦੀ ਹੈ, 10 ਲੱਖ ਮਾਫ਼ ਸਮਝਦੇ, ਕਿਹੜੀ ਕਿ ਵੱਡੀ ਗੱਲ, 10 ਲੱਖ ਕੀ ਹੁੰਦਾ ਹੈ ਵੀ ਆਪਾਂ ਕਰੋੜਾਂ ਰੁਪਏ ਔਰ ਬਜਟ 'ਚ ਐਵੇਂ ਲਿਖਦੇ 1000 ਕਰੋੜ ਇੱਧਰ, ਇੰਨੇ ਇਹਦਾ 100 ਕਰੋੜ ਵੀ ਨਹੀਂ, 50 ਕਰੋੜ ਵੀ ਨਹੀਂ ਬਣਦਾ ਜੇ ਇਹਨਾਂ ਵਿਚਾਰੇ ਦੁਖੀ ਪਰਿਵਾਰਾਂ ਦੀ ਜ਼ਖਮਾਂ 'ਤੇ ਮਲਮ ਲਾ ਦੇਣ। ਕਿ ਉਹਨਾਂ ਦੇ ਵਜ੍ਹਾ ਨਾਲ, ਅਕਾਲੀ ਦਲ ਦੇ ਵਿਧਾਇਕਾਂ ਦੀ ਵਜ੍ਹਾ ਦੇ ਨਾਲ ਜਿਹੜਾ ਬਜਟ ਦਾ ਸਮਾਂ ਉਹਦੇ ਵਿੱਚ ਲੇਟ ਹੋਏ ਨੇ, ਬਜਟ ਪੇਸ਼ ਕਰਨ ਦੇ ਵਿੱਚ ਦੇਰੀ ਹੋਈ ਹੈ? ਦੇਰੀ ਹੋ ਕੀ ਆਫਤ ਆ ਗਈ, ਇਹੋ ਜਿਹੀ ਗੱਲ ਸੀ ਵੀ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੋ ਗਿਆ, ਉੱਥੇ ਵੀ ਉਹੀ ਗੱਲਾਂ ਕਰਨੀਆਂ ਸਨ ਜਿਹੜੀਆਂ ਨਹੀਂ ਕਰ ਰਹੀਆਂ। ਯੂਨੀਵਰਸਿਟੀਆਂ ਖੋਲਾਂਗੇ ਮੇਰੇ ਖਿਆਲ 2 ਸਾਲਾਂ 'ਚ, ਇਹਨਾਂ ਤੋਂ ਨਕਸ਼ਾ ਵੀ ਨਹੀਂ ਬਣਨਾ ਉਹ ਜਿਹੜੀਆਂ ਗੱਲਾਂ ਦੇ, ਤਾਂ ਇਹ ਤਾਂ ਕਾਗਜ਼ੀ ਕਾਰਵਾਈ ਹੈ, ਬਜਟ ਜਿਹੜਾ ਹੈ ਇਹ ਇੱਕ ਕਾਗਜ਼ੀ ਕੀਤੀ ਹੈ, ਐਵੇਂ ਇੱਕ ਵੀ ਕਰਨਾ ਪੈਂਦਾ, ਔਰ ਇਹਨਾਂ ਦੀ ਕਿਹੜਾ ਕਮਿਟਮੈਂਟ ਹੈ? ਦੇਖੋ ਮੈਂ ਤਾਂ ਇਹ ਕਹਾਂਗਾ ਕਿ ਜਿਹੜੀਆਂ ਪਾਰਟੀਆਂ ਆਪਣੇ ਮੈਨੀਫੈਸਟੋ 'ਚ ਜਿਹੜਾ ਕੁਝ ਲਿਖਦੀਆਂ ਜਾਂ ਕੋਈ ਗੌਰਮੈਂਟ ਆਪਣੇ ਬਜਟ ਕਰਦੀ ਹੈ, ਜੇ ਉਹ ਨਾ ਕਰੇ ਤਾਂ ਉਹਨੂੰ ਡਿਸਮਿਸ ਕਰਨਾ ਚਾਹੀਦਾ। ਇਹ ਇੱਕ ਪ੍ਰੋਮਿਸ ਹੈ ਜਨਤਾ ਨਾਲ, ਵਾਅਦਾ ਹੈ, ਜਿਹੜਾ ਵਾਅਦਾ ਖਿਲਾਫੀ ਕਰਦਾ ਹੈ ਉਹਨੂੰ ਫਿਰ ਸਰਕਾਰ ਚਲਾਉਣ ਦਾ ਕੀ ਹੱਕ ਹੈ? ਬਾਦਲ ਸਾਹਿਬ ਉਹ ਕਹਿੰਦੇ ਨੇ ਕਿ ਮਨਪ੍ਰੀਤ ਸਿੰਘ ਬਾਦਲ ਹੁਣੇ ਉੱਥੇ ਵਿਧਾਨ ਸਭਾ 'ਚ ਕਹਿ ਰਹੇ ਸੀਗੇ ਕਿ ਜਿਹੜਾ ਇਹ ਸਾਡੀਆਂ ਕੋਠੀਆਂ ਘੇਰਦੇ ਨੇ, ਜਿੰਨਾ ਕੁਛ ਕੀਤਾ ਕਰਾਇਆ ਸਾਰਾ ਇਹਨਾਂ ਦੀ 10 ਸਾਲਾਂ ਦੀ ਸਰਕਾਰ 'ਚ ਕੀਤਾ ਕਰਾਇਆ, ਅਸੀਂ ਕੀ ਕਰਤਾ? ਮੇਰਾ ਖਿਆਲ ਹੈ ਜਿੰਨਾ ਅਸੀਂ ਕੀਤਾ ਕੰਮ ਉਹਦਾ 1% ਵੀ ਕਰ ਦਿਓ ਤਾਂ ਮੈਂ ਸ਼ਾਬਾਸ਼ ਦੇਵਾਂਗਾ। ਨੌਕਰੀ ਤੁਸੀਂ ਜਾ ਕੇ ਸਰਵੇ ਕਰ ਲਓ, ਕਿਸੇ ਸ਼ਹਿਰ ਜਾਂਦੇ ਰਹੋ ਪਿੰਡ 1 ਬੱਚੇ ਨੂੰ, ਜੇ ਇੱਥੇ ਇੰਨੀਆਂ ਨੌਕਰੀਆਂ ਦਿੱਤੀਆਂ ਤਾਂ ਬੱਚੇ ਆਪਣੇ ਬਾਹਰ ਕਿਉਂ ਭੱਜੇ ਜਾਂਦੇ, ਇੱਥੇ ਨੌਕਰੀਆਂ ਮਿਲਦੀਆਂ ਨਹੀਂ,
ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਰਿਹਾ, ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ। ਨਸ਼ੇ ਨਾਲ ਹੋਰ ਵੀ ਬੁਰਾ ਹਾਲ ਹੈ ਪੰਜਾਬ ਦਾ, ਇਹਨਾਂ ਨੇ ਗੁਟਕਾ ਸਾਹਿਬ ਫੜ ਕੇ ਸੌ ਖਾਦੀ ਸੀ, ਉਸ ਤੇ ਤੁਹਾਡਾ ਕੀ ਕਹਿਣਾ ਹੈ? ਕਾਕਾ, ਇਹਨਾਂ ਨੂੰ ਇਹਨਾਂ ਗੱਲਾਂ ਦਾ ਕੋਈ ਨਾ ਸ਼ਰਮ ਹੈ, ਨਾ ਇਹਨਾਂ ਨੂੰ ਦੁੱਖ ਹੈ, ਨਾ ਪੰਜਾਬ ਨਾਲ ਹਮਦਰਦੀ ਹੈ। ਇਹ ਇਹਨਾਂ ਦਾ ਦਾ ਲੱਗਿਆ ਝੂਠੇ ਵਾਅਦੇ ਕਰਕੇ ਸਰਕਾਰ ਬਣ ਗਈ ਤੇ ਉਹਨਾਂ ਨੂੰ ਪਤਾ ਅੱਗੇ ਤੋਂ ਬਣਨੀ ਨਹੀਂ, ਤੇ ਚਲੋ ਜੋ ਹੁਣ ਮੌਜ ਮੇਲਾ ਕਰੋ। ਠੀਕ ਹੈ, ਹੁਣ ਤੁਹਾਡੀ 10ਵੀਂ ਅਤੇ 12ਵੀਂ ਤੋਂ ਬਾਅਦ ਨੌਕਰੀ ਦੀ ਚਿੰਤਾ ਖਤਮ। ਗਲੋਬਲ ਅਚੀਵਰਸ ਅਵਾਰਡ ਨਾਲ ਸਨਮਾਨਿਤ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਵਾਉਣ ਵਾਲੀ ਪਹਿਲੀ ਅਤੇ ਸਭ ਤੋਂ ਪੁਰਾਣੀ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ISO ਪ੍ਰਮਾਣਿਤ ਪੰਜਾਬ ਦਾ ਨੰਬਰ 1 ਇੰਸਟੀਚਿਊਟ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ ਫੈਕਟਰੀ ਏਰੀਆ ਨੀਅਰ ਸ਼ਿਵ ਮੰਦਿਰ ਪਟਿਆਲਾ, ਪੰਜਾਬ।